ਹਾਂਜੀ ਬੇਟਾ ਅੱਜ ਆਪਾਂ ਚੈਪਟਰ 21 ਗਿਆਨ ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ ਸਿਟੀ ਠੀਕ ਹੈ ਇਸ ਚੈਪਟਰ ਬਾਰੇ ਬੇਟਾ ਆਪਾਂ ਪੜਾਂਗੇ ਸਾਇੰਸ ਸਿਟੀ ਦੇ ਬਾਰੇ ਜੇਕਰ ਤੁਹਾਨੂੰ ਮੌਕਾ ਮਿਲਿਆ ਤਾਂ ਤੁਸੀਂ ਸਾਇੰਸ ਸਿਟੀ ਵੇਖਣ ਜ਼ਰੂਰ ਜਾਇਓ ਠੀਕ ਹੈ ਤੇ ਜਿਹੜਾ ਇਹ ਸਾਇੰਸ ਸਿਟੀ ਦੇ ਬਾਹਰ ਇਹ ਬਹੁਤ ਵੱਡਾ ਗਲੋਬ ਬਣਿਆ ਹੋਇਆ ਹੈ ਠੀਕ ਹੈ ਇਸ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਸਾਇੰਸ ਸਿਟੀ ਬਣਿਆ ਹੋਇਆ ਹੈ ਸਾਇੰਸ ਸਿਟੀ ਦਾ ਜਿਹੜਾ ਨਾਮ ਹੈ ਉਹ ਇੰਦਰ ਕੁਮਾਰ ਗੁਜਰਾਲ ਆਪਣੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਉਹਨਾਂ ਨੇ ਬਣਾਇਆ ਸੀ ਆਪਣੇ ਮਾਤਾ ਜੀ ਦੇ ਨਾਮ ਤੇ ਇਸ ਕਰਕੇ ਸਾਇੰਸ ਸਿਟੀ ਦਾ ਨਾਮ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਉਹਨਾਂ ਨੇ ਆਪਣੇ ਮਾਤਾ ਜੀ ਦੇ ਨਾਮ ਤੇ ਰੱਖਿਆ ਸੀ ਠੀਕ ਹੈ ਬੇਟਾ ਹੁਣ ਸਭ ਤੋਂ ਪਹਿਲਾਂ ਆਪਾਂ ਔਖੇ ਸ਼ਬਦਾਂ ਦੇ ਅਰਥ ਪੜ੍ਹਦੇ ਹਾਂ ਅਹਿਮ ਬਹੁਤ ਜ਼ਰੂਰੀ ਯੋਗਦਾਨ ਸਹਿਯੋਗ ਦੇਣ ਥੀਟਰ ਨਾਟਕਰ ਤਮਾਸ਼ਾ ਕਰਨ ਦੀ ਥਾਂ ਕਿਰਦਾਰ ਪਾਤਰ ਉਪਰਾਲੇ ਯਤਨ ਹਿਲੇ ਉਪਾਅ ਵਿਕਾਸ ਤਰੱਕੀ ਉਨਤੀ ਗਲੋਬ ਧਰਤੀ ਦਾ ਇੱਕ ਗੋਲੇ ਉੱਤੇ ਬਣਾਇਆ ਨਕਸ਼ਾ ਜਾਂ ਪੋਮੰਡਲ ਦਾਸਤਾਨ ਕਹਾਣੀ ਵਿਥਿਆ ਗੈਲੈਕਸੀ ਆਕਾਸ਼ ਗੰਗਾ ਤਾਰਿਆਂ ਦਾ ਚੁਰਮਟ ਸੈਟੇਲਾਈਟ ਉਪਗ੍ਰਹਿ ਪ੍ਰਕਿਰਿਆ ਤਰੀਕਾ ਜਾਂ ਅਮਲ ਰਹਸ ਪੇਤ ਗੁੱਝੀ ਗੱਲ ਪ੍ਰਦਰਸ਼ਨੀ ਨਮਾਇਸ਼ ਜਾਂ ਦਿਖਾਵਾ ਆਕਰਸ਼ਨ ਖਿੱਚ ਜਾਂ ਕشش ਟੈਲੀਸਕੋਪ ਦੁਰਬੀਨ ਹਾਂਜੀ ਬੇਟਾ ਹੁਣ ਆਪਾਂ ਚੈਪਟਰ ਸ਼ੁਰੂ ਕਰਦੇ ਹਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਲੋਕਾਂ ਵਿੱਚ ਵਿਗਿਆਨਕ ਸੋਚ ਪੈਦਾ ਕਰਨ ਅਤੇ ਸਮਾਜ ਨੂੰ ਬਹਿਮਾ ਪਰਮਾ ਵਿੱਚੋਂ ਕੱਢਣ ਦੇ ਉਪਰਾਲੇ ਸ਼ੁਰੂ ਹੋ ਗਏ ਸਨ ਬਹੁਤ ਸਾਰੀਆਂ ਕੌਮੀ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਉਸ ਸਮੇਂ ਸੱਪਤ ਹੋਈਆਂ ਜਿਨ੍ਹਾਂ ਨੇ ਭਾਰਤ ਦੇ ਵਿਗਿਆਨ ਤੇ ਟੈਕਨੋਲੋਜੀ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਵਿੱਚ ਵਿਗਿਆਨਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਦਿਸ਼ਾ ਵਿੱਚ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਜਲੰਧਰ ਕਪੂਰਥਲਾ ਸੜਕ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਤੇ 72 ਏਕੜ ਮਤਲਬ 72 ਕਿੱਲਾਂ ਦੇ ਵਿੱਚ ਜ਼ਮੀਨ ਵਿੱਚ ਪੁਸ਼ਪਾ ਗੁજરા ਸਾਇੰਸ ਸਿਟੀ ਬਣਾਇਆ ਗਿਆ ਹੈ ਸਾਇੰਸ ਸਿਟੀ ਦਾ ਨੀ ਪੱਥਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਵੱਲੋਂ 17 ਅਕਤੂਬਰ 1997 ਨੂੰ ਰੱਖਿਆ ਗਿਆ ਇਸ ਉਪਰਾਲੇ ਦਾ ਮੰਤਵ ਦੇਸ਼ ਦੀ ਨੌਂ ਸਵਾਨ ਪੀੜ੍ਹੀ ਨੂੰ ਵਿਗਿਆਨ ਦੇ ਸਥਾਨਤਾ ਨੂੰ ਮਨੋਰੰਜਕ ਤਰੀਕੇ ਨਾਲ ਜਾਗਰੂਕ ਕਰਨਾ ਹੈ 19 ਮਾਰਚ 2005 ਨੂੰ ਇਸ ਨੂੰ ਇਸ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਗਿਆ 17 ਅਕਤੂਬਰ 1997 ਨੂੰ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਠੀਕ ਹੈ ਉਸ ਤੋਂ ਬਾਅਦ 19 ਮਾਰਚ 2005 ਨੂੰ ਆਮ ਲੋਕਾਂ ਦੇ ਲਈ ਉਹ ਖੋਲ ਦਿੱਤਾ ਗਿਆ ਸੀ ਸਾਇੰਸ ਸਿਟੀ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਸਰਾਲ ਜੀ ਦੀ ਮਾਤਾ ਸ਼੍ਰੀਮਤੀ ਪੁਸ਼ਪਾ ਗੁਸਰਾਲ ਦੇ ਨਾਂ ਤੇ ਰੱਖਿਆ ਗਿਆ ਆਪ ਇੱਕ ਸਮਾਜ ਸੇਵਕਾ ਸਨ ਹੁਣ ਤੱਕ ਦੇਸ਼ ਭਰ ਤੋਂ ਲਖਾਂ ਲੋਕ ਪੰਜਾਬ ਵਿੱਚ ਸਾਇੰਸ ਸਿਟੀ ਵੇਖ ਕੇ ਆਨੰਦ ਮਾਣ ਚੁੱਕੇ ਹਨ। ਪੁਸ਼ਪਾ ਗੁਸਰਾਲ ਸਿਟੀ ਸਾਇੰਸ ਸਿਟੀ ਪਹੁੰਚਦੇ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇੱਕ ਬਹੁਤ ਵੱਡੇ ਗਲੋਬ ਤੇ ਪੈਂਦੀ ਹੈ। ਸਾਇੰਸ ਸਿਟੀ ਦੇ ਬਾਹਰ ਬਹੁਤ ਵੱਡਾ ਇੱਕ ਗਲੋਬ ਬਣਿਆ ਹੋਇਆ ਹੈ। ਇਹ ਗਲੋਬ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਈਲਾਂ ਨਾਲ ਬਣਾਇਆ ਗਿਆ ਹੈ। 12 ਦੇਸ਼ਾਂ ਵਾਲਾ ਗਲੋਬ ਅਸਲ ਵਿੱਚ ਇੱਕ ਥੀਏਟਰ ਹੈ। ਜਿਸ ਵਿੱਚ ਆਰਮਸ ਸਿਨੇਮਾ ਕਰਾਂਦੀ ਸਕਰੀਨ ਨਾਲੋਂ 10 ਗੁਣਾ ਵੱਡੀ ਸਕਰੀਨ ਤੇ ਫਿਲਮ ਦਿਖਾਈ ਜਾਂਦੀ ਹੈ ਇਹ ਆਪਣੇ ਤਰ੍ਹਾਂ ਦਾ ਹੀ ਇੱਕ ਸਪੇਸ ਥੀਏਟਰ ਹੈ ਆਲੇ-ਦੁਆਲੇ ਸਕਰੀਨ ਵਾਲੇ ਇਸ ਥੀਏਟਰ ਵਿੱਚ ਥੀਏਟਰ ਵਿੱਚ ਬੱਦਲ ਗਰਜਣ ਤੋਂ ਲੈ ਕੇ ਇੱਕ ਸੂਈ ਡਿੱਗਣ ਤੱਕ ਦੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਦਿੰਦੀ ਹੈ ਇਸ ਵਿੱਚ ਬੈਠ ਕੇ ਫਿਲਮ ਦੇਖਦੇ ਆਂ ਤੁਹਾਨੂੰ ਐਵੇਂ ਲੱਗੇਗਾ ਜਿਵੇਂ ਤੁਸੀਂ ਫਿਲਮ ਦਾ ਇੱਕ ਹਿੱਸਾ ਹੋ ਬਿਲਕੁਲ ਜਦੋਂ ਬਾਹਰ ਤੋਂ ਗਲੋਬ ਦੀ ਤਰ੍ਹਾਂ ਬਣਿਆ ਹੈ ਜਦੋਂ ਆਪਾਂ ਪੁਸ਼ਪਾ ਗੁਜਰਾਤ ਸਾਇੰਸ ਸਿਟੀ ਦੇ ਵਿੱਚ ਐਂਟਰ ਕਰਦੇ ਆਂ ਤਾਂ ਬਾਹਰ ਇੱਕ ਗਲੋਬ ਦੀ ਤਰ੍ਹਾਂ ਦਿਖਾਈ ਦਿੰਦਾ ਪਰ ਉਹ ਅਸਲ ਦੇ ਵਿੱਚ ਜਦੋਂ ਆਪਾਂ ਅੰਦਰ ਜਾਂਦੇ ਆਂ ਤਾਂ ਉਹ ਇੱਕ ਥੀਏਟਰ ਬਣਿਆ ਹੋਇਆ ਹੈ ਜਿਹਦੀ ਥੀਏਟਰ ਦੀ ਤਰ੍ਹਾਂ ਹੀ ਆਲੇ ਦੁਆਲੇ ਸਾਰੇ ਕਿਤੇ ਚੇਅਰਸ ਲੱਗੀਆਂ ਹੋਈਆਂ ਨੇ ਉਹਦੇ ਤੇ ਬੈਠ ਕੇ ਬਿਲਕੁਲ ਅਸਲ ਦੇ ਵਿੱਚ ਪ੍ਰਤੀਤ ਹੁੰਦਾ ਜਿਵੇਂ ਆਪਾਂ ਉਸੇ ਚੀਜ਼ ਦੇ ਵਿੱਚ ਹੀ ਉਹੀ ਚੀਜ਼ ਆਪਾਂ ਨੂੰ ਪ੍ਰਤੀਤ ਹੋਣ ਲੱਗ ਜਾਂਦੀ ਹੈ ਜਿਵੇਂ ਉਹਦੇ ਵਿੱਚ ਮਾਉਂਟ ਐਵਰੇਸਟ ਦੀਆਂ ਚੋਟੀਆਂ ਦਿਖਾਈਆਂ ਗਈਆਂ ਨੇ ਤਾਂ ਆਪਾਂ ਨੂੰ ਵੀ ਐਵੇਂ ਲੱਗਦਾ ਵੀ ਆਪਾਂ ਮਾਉਂਟ ਐਵਰੇਸਟ ਦੀਆਂ ਚੋਟੀਆਂ ਤੇ ਚੜ ਰਹੇ ਹਾਂ ਜਾਂ ਬਿਲਕੁਲ ਨੇੜੇ ਆ ਗਏ ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਜਿਹੜਾ ਉਹ ਥੀਏਟਰ ਬਣਾਇਆ ਹੋਇਆ ਅੰਦਰ ਇਸ ਪੁਲਾੜੀ ਥੀਏਟਰ ਵਿੱਚ ਡਿਜੀਟਲ ਪਲੈਨੇਟੇਰੀਅਮ ਦਾ ਸ਼ੋਅ ਵੀ ਵਿਖਾਇਆ ਜਾਂਦਾ ਹੈ ਇਹ ਥੀਏਟਰ ਇੱਕਦਮ ਰਾਤ ਦੇ ਆਕਾਸ਼ ਵਿੱਚ ਬਦਲ ਜਾਂਦਾ ਹੈ ਉਹਦੇ ਵਿੱਚ ਜਦੋਂ ਤਾਰੇ ਆਉਂਦੇ ਨੇ ਆਕਾਸ਼ ਹੁੰਦਾ ਤਾਂ ਬਿਲਕੁਲ ਆਪਾਂ ਨੂੰ ਬਿਲਕੁਲ ਐਵੇਂ ਲੱਗਦਾ ਹੈ ਜਿਵੇਂ ਆਪਾਂ ਆਕਾਸ਼ ਦੇ ਵਿੱਚ ਹੀ ਆ ਤਾਰੇ ਬਿਲਕੁਲ ਆਪਣੇ ਨੇੜੇ ਨੇ ਪਰ ਫਿਰ ਵੀ ਸ਼ੁਰੂ ਹੁੰਦੀ ਹੈ ਤਾਰਿਆਂ ਦੀ ਦਾਸਤਾਨ ਗੈਲੈਕਸੀਆਂ ਦਾ ਬਣਨਾ ਤਾਰਿਆਂ ਦਾ ਟੁੱਟਣਾ ਅਤੇ ਵੱਖ-ਵੱਖ ਗ੍ਰਹਾਂ ਦਾ ਗਿਆਨ ਜੋ ਕਿ ਇੱਥੇ ਦਿੱਤਾ ਜਾਂਦਾ ਹੈ ਸਾਇੰਸ ਸਿਟੀ ਦੀ ਪੁਲਾੜੀ ਗੈਲਰੀ ਵਿੱਚ ਪੁਲਾੜ ਤੇ ਰਹਿਣ ਸਹਿਣ ਤੇ ਖਾਣ ਪੀਣ ਵਾਰੇ ਬਹੁਮੁੱਲਾ ਗਿਆਨ ਹੈ ਇੱਥੇ ਆ ਕੇ ਤੁਹਾਨੂੰ ਇੰਜ ਲੱਗੇਗਾ ਜਿਵੇਂ ਤੁਸੀਂ ਵੀ ਪੁਲਾੜ ਵਿੱਚ ਹੀ ਪਹੁੰਚ ਗਏ ਹੋਵੋਗੇ ਇੱਥੇ ਰੱਖਿਆ ਗਿਆ ਪੋਲ ਸਟਾਰ ਲਾਂਚਿੰਗ ਵਹੀਕਲ ਵੀ ਸਾਨੂੰ ਉੱਪਰ ਪੁਲਾੜ ਵਿੱਚ ਸੈਟੇਲਾਈਟ ਛੱਡਣ ਦੀ ਪੂਰੀ ਪ੍ਰਕਿਰਿਆ ਦੀ ਜਾਣਕਾਰੀ ਦਿੰਦਾ ਹੈ ਸਪੇਸ ਸ਼ਟਲ ਦਾ ਮਾਡਲ ਵੀ ਇੱਥੇ ਵਿਸ਼ੇਸ਼ ਖਿੱਚਦਾ ਕੇਂਦਰ ਹੈ ਇੱਥੋਂ ਦੇ ਫਲਾਈਟ ਸਿਮੂਲੇਟਰ ਵਿੱਚ ਬੈਠਿਆਂ ਤੁਹਾਨੂੰ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੋਵੇਗਾ ਜਦੋਂ ਆਪਾਂ ਸਾਇੰਸ ਸਿਟ ਦੇ ਵਿੱਚ ਚਲੇ ਜਾਣਾ ਉੱਥੇ ਇੱਕ ਫਲਾਈਟ ਸਿਮੂਲੇਟਰੀ ਵੀ ਬਣਿਆ ਹੋਇਆ ਹੈ ਉਹਦੇ ਵਿੱਚ ਜਦੋਂ ਆਪਾਂ ਬੈਠ ਜਾਂਦੇ ਆ ਤਾਂ ਇਸ ਤਰ੍ਹਾਂ ਬਸ ਉਹ ਬੈਠਣ ਸਾਰੇ ਉਹ ਹਿਲਜੁਲ ਕਰਨ ਲੱਗ ਜਾਂਦਾ ਹੈ ਹਿਲਦਾ ਬਹੁਤ ਹੈ ਤਾਂ ਉਸ ਤਰ੍ਹਾਂ ਅਜੀਬ ਤਰ੍ਹਾਂ ਦਾ ਇੱਕ ਅਹਿਸਾਸ ਹੁੰਦਾ ਹੈ ਵੀ ਜਿਵੇਂ 5 ਡਿਗਰੀ ਦੀ ਚਾਲ ਵਾਲੀ ਇਸ ਸਵਾਰੀ ਤੇ ਜੇਕਰ ਤੁਸੀਂ ਹਵਾਈ ਜਹਾਜ਼ ਵਾਲੀ ਫਿਲਮ ਵੇਖੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਜਿਵੇਂ ਤੁਸੀਂ ਹਵਾਈ ਜਹਾਜ਼ ਵਿੱਚ ਬੈਠੇ ਆਕਾਸ਼ ਵਿੱਚ ਉੱਡ ਰਹੇ ਹੋ ਇਸ ਤਰ੍ਹਾਂ ਫੀਲ ਹੋਏਗਾ ਉਹ ਬਿਲਕੁਲ ਸਾਰੇ ਪਾਸੋਂ ਬੰਦ ਹੋ ਜਾਂਦਾ ਤਾਂ ਤੁਹਾਨੂੰ ਆਇਆ ਲੱਗੇਗਾ ਵੀ ਤੁਸੀਂ ਆਕਾਸ਼ ਦੇ ਵਿੱਚ ਹੀ ਉੱਡ ਰਹੇ ਹੋ ਜੇ ਤੁਸੀਂ ਰੋਲਰ ਕੋਸਟਰ ਦੀ ਫਿਲਮ ਵੇਖੋਗੇ ਤਾਂ ਇਵੇਂ ਇੰਜ ਮਹਿਸੂਸ ਕਰੋਗੇ ਜਿਵੇਂ ਤੁਸੀਂ ਰੋਲਰ ਕੋਸਟਰ ਵਿੱਚ ਬੈਠੇ ਹੋ ਇਹ ਸਿਮੂਲੇਟਰ ਬਰਤਾਨੀਆਂ ਤੋਂ ਮੰਗਾਇਆ ਗਿਆ ਹੈ ਫਲਾਈਟ ਸਿਮੂਲੇਟਰ ਦੇ ਨਾਲ-ਨਾਲ ਇੱਥੇ ਅਰਥ ਕਿੱਕ ਸਿਮੂਲੇਟਰ ਦਾ ਸ਼ੋਅ ਵੀ ਹੈ ਜਿਸ ਤੇ ਬੈਠਿਆਂ ਤੁਹਾਨੂੰ ਪੁਚਾਲ ਦੇ ਬਿਲਕੁਲ ਅਸਲੀ ਝਟਕਿਆਂ ਵਰਗਾ ਅਹਿਸਾਸ ਹੋਵੇਗਾ ਇਸ ਸਿਮੂਲੇਟਰ ਦੇ ਸਾਹਮਣੇ ਲੱਗੀ ਸਕਰੀਨ ਤੇ ਦਿਖਾਇਆ ਜਾਂਦਾ ਹੈ ਕਿ ਤੁਸੀਂ ਘਰ ਦੀਆਂ ਵੱਖ-ਵੱਖ ਮੰਜ਼ਲਾਂ ਵੱਖ-ਵੱਖ ਰੈਕਟਰ ਪੈਮੰਨਿਆਂ ਤੇ ਪੁਚਾਲ ਨੂੰ ਕਿੰਜ ਮਹਿਸੂਸ ਕਰਦੇ ਹੋ ਇਸ ਸਿਮੂਲੇਟ ਇਸ ਸਿਮੂਲੇਟਰ ਦੇ ਬਾਹਰ ਦੱਸਾਇਆ ਗਿਆ ਹੈ ਕਿ ਪੁਚਾਲ ਆਉਣ ਤੇ ਇੱਕਦਮ ਕੀ ਕਰਨਾ ਚਾਹੀਦਾ ਹੈ ਸਾਇੰਸ ਸਿਟੀ ਦਾ 3D ਸ਼ੋ ਵੀ ਕਮਾਲ ਦਾ ਹੈ ਇਹ ਸ਼ੋ ਸਪੈਸ਼ਲ ਐਨ ਕਾ ਨਾਲ ਦੇਖਿਆ ਜਾਂਦਾ ਹੈ ਇਸ ਥੀਏਟਰ ਵਿੱਚ ਬੈਠਿਆਂ ਤੁਹਾਨੂੰ ਐਵੇਂ ਲੱਗੇਗਾ ਜਿਵੇਂ ਫਿਲਮਾਂ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਤੁਹਾਨੂੰ ਛੋ ਰਹੇ ਹਨ ਸਾਇੰਸ ਸਿਟੀ ਵਿੱਚ ਲੇਜ਼ਰ ਦੀਆਂ ਕਿਰਨਾਂ ਤੇ ਆਧਾਰਿਤ ਲੇਜ਼ਰ ਸ਼ੋ ਵੀ ਵਿਖਾਇਆ ਜਾਂਦਾ ਹੈ ਲੇਜ਼ਰ ਦੀ ਖੋਜ 1960 ਈਸਵੀ ਵਿੱਚ ਪ੍ਰਸਿੱਧ ਇੰਜੀਨੀਅਰ ਥਿਊਡਰ ਮਹਿਮਾਨ ਨੇ ਕੀਤੀ ਸੀ ਲੇਜ਼ਰ ਦੀ ਖੋਜ ਕਦੋਂ ਕੀਤੀ ਸੀ 1960 ਦੇ ਵਿੱਚ ਪ੍ਰਸਿੱਧ ਇੰਜੀਨੀਅਰ ਚੂੜਰ ਮਹਿਮਾਨ ਨੇ ਅੱਜ ਕੱਲ ਦੇ ਅੱਜ ਕੱਲ ਦੇ ਆਧੁਨਿਕ ਯੁੱਗ ਵਿੱਚ ਲੇਜ਼ਰ ਉਦਯੋਗ ਤੇ ਮਨੁੱਖੀ ਜੀਵਨ ਲਈ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਆਨੰਦ ਦਿਨ ਨਾਲ ਨਾਲ ਲੇਜ਼ਰ ਅੱਖਾਂ ਦੇ ਰੈਟੀਨਾ ਦੀ ਵੈਲਡਿੰਗ, ਕੈਂਸਰ ਥੈਰਪੀ ਅਤੇ ਚੀਰਾ ਰਹਿਤ ਆਪਰੇਸ਼ਨ ਕਰਨ ਲਈ ਵੀ ਵਰਤੇ ਜਾਂਦੇ ਹਨ। ਸਾਇੰਸ ਸਿਟੀ ਦੀ ਸਾਇੰਸ ਐਕਸਪਲੋਰਿਅਮ ਬਿਲਡਿੰਗ ਵਿੱਚ ਬਣੀ ਸਿਹਤ ਗੈਲਰੀ ਸਾਡੇ ਸਰੀਰ ਦੇ ਰਹੱਸਾਂ ਨੂੰ ਖੋਲਦੀ ਹੈ। ਇਸ ਗੈਲਰੀ ਦੇ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਨਜ਼ਰ ਪੈਂਦੀ ਹੈ 12 ਫੁੱਟ ਉੱਚੇ ਦਿਲ ਦੇ ਮਾਡਲ ਉੱਪਰ ਜਿਸ ਦੇ ਵਿੱਚੋਂ ਦੀ ਲੰਘਦਿਆਂ ਤੁਹਾਨੂੰ ਦਿਲ ਦੀ ਅਸਲੀ ਧੜਕਣ ਦੀ ਆਵਾਜ਼ ਸੁਣਾਈ ਦੇਵੇਗੀ ਇਸ ਤੋਂ ਇਲਾਵਾ ਇੱਥੇ ਪਾਰਦਰਸ਼ੀ ਮਨੁੱਖ ਥੀਏਟਰ ਵਿੱਚ ਸਾਨੂੰ ਆਪਣੇ ਸਰੀਰ ਦੇ ਸਾਰੇ ਅੰਗਾਂ ਦੀ ਕਿਰਿਆ ਦਾ ਪਤਾ ਲੱਗਦਾ ਹੈ ਇਸ ਤਰ੍ਹਾਂ ਇੱਕ ਸਾਇੰਸ ਐਕਸਪਲੋਰਿਅਮ ਬਿਲਡਿੰਗ ਵਿੱਚ ਬਣੀ ਹੋਈ ਇੱਕ ਸਿਹਤ ਗੈਲਰੀ ਆ ਉਹਦੇ ਵਿੱਚ ਪੂਰੇ ਆਪਣੇ ਸਰੀਰ ਦੇ ਪਾਰਟਸ ਨੇ ਸਾਰਿਆਂ ਵੱਲ ਇੱਕ ਸਾਰਿਆਂ ਬਾਰੇ ਕੱਲੀ-ਕੱਲੀ ਚੀਜ਼ ਬਾਰੇ ਦੱਸਿਆ ਗਿਆ ਜਦੋਂ ਆਪਣਾ ਹਰਟ ਚੱਲਦਾ ਤਾਂ ਉਹਦੀ ਧੜਕਣ ਵੀ ਬਿਲਕੁਲ ਅਸਲ ਦੇ ਵਿੱਚ ਪ੍ਰਤੀਤ ਹੁੰਦੀ ਹੈ ਸਾਰਾ ਕੁਝ ਉੱਥੇ ਦਿਖਾਇਆ ਗਿਆ ਹੈ ਸਾਇੰਸ ਸਿਟੀ ਦੇ ਵਿੱਚ ਤੇ ਸਾਡਾ ਦਿਲ ਦਿਨ ਵਿੱਚ ਕਿੰਨੇ ਵਾਰ ਧੜਕਦਾ ਹੈ ਅਸੀਂ ਕਿੰਨੀ ਵਾਰ ਸਾਹ ਲੈਂਦੇ ਹਾਂ ਇਸ ਬਾਰੇ ਇਹ ਪਾਰਦਰਸ਼ੀ ਮਨੁੱਖ ਸਾਨੂੰ ਬੋਲ ਕੇ ਦੱਸਦਾ ਹੈ ਇਸ ਗੈਲਰੀ ਵਿੱਚ ਤੁਸੀਂ ਖੁਦ ਸੀਟੀ ਸਕੈਨ ਅਤੇ ਆਪਰੇਸ਼ਨ ਵੀ ਕਰਕੇ ਦੇਖ ਸਕਦੇ ਹੋ ਸੀਟੀ ਸਕੈਨ ਦਾ ਮਾਡਲ ਸੀਟੀ ਸਕੈਨ ਦੀ ਸਾਰੀ ਪ੍ਰਕਿਰਿਆ ਤੋਂ ਜਾਣੂ ਕਰਵਾਉਂਦਾ ਹੈ ਐਚ ਆਈ ਵੀ ਏਡਸ ਪ੍ਰਤੀ ਲੋਕਾਂ ਨੂੰ ਜਾਗਰੂਤ ਕਰਨ ਲਈ ਇੱਕ ਵੱਖਰੀ ਕਿਸਮ ਦੀ ਗੈਲਰੀ ਬਣਾਈ ਗਈ ਹੈ ਜਿਸ ਵਿੱਚ ਇਸ ਬਿਮਾਰੀ ਦੇ ਲੱਛਣਾਂ ਦੇ ਕਾਰਨਾਂ ਬਾਰੇ ਵਿਸਾਰਪੂਰਵਕ ਚਰਣਾ ਪਾਇਆ ਗਿਆ ਹੈ ਇਸ ਵਿੱਚ ਕਰੋਮੋਸੋਮ ਡੀ ਐਨ ਏ ਆਦਿ ਦੇ ਮਾਡਲ ਵੀ ਰੱਖੇ ਗਏ ਹਨ ਇੱਥੇ ਇੱਕ ਹੋਰ ਗੈਲਰੀ ਵਿੱਚ ਵਿਗਿਆਨ ਦੇ ਮੁਢਲੇ ਸੰਕਤਾਂ ਨੂੰ ਮਨੋਰੰਜਕ ਤਰੀਕੇ ਨਾਲ ਸਮਝਾਇਆ ਗਿਆ ਹੈ। ਜਿੱਥੇ ਵਰਟੈਕਸ ਦੇ ਘੁੰਮਣ ਘੇਰੀ ਵਿੱਚ ਜਾ ਕੇ ਤੁਹਾਨੂੰ ਇੱਕ ਅਨੋਖੇ ਤਰ੍ਹਾਂ ਦਾ ਅਹਿਸਾਸ ਹੋਵੇਗਾ। ਤੁਸੀਂ ਇੰਜ ਮਹਿਸੂਸ ਕਰੋਗੇ ਜਿਵੇਂ ਘੁੰਮ ਰਹੇ ਹੋ। ਪਰ ਅਸਲ ਵਿੱਚ ਜਿਸ ਥਾਂ ਤੇ ਖੜੇ ਹੋ ਉਹ ਨਹੀਂ ਘੁੰਮ ਰਹੀ। ਉਹ ਸਿਰਫ ਇੱਕ ਜਗ੍ਹਾ ਤੇ ਖੜੀ ਹੈ ਪਰ ਤੁਹਾਨੂੰ ਮਹਿਸੂਸ ਹੋਗਾ ਵੀ ਤੁਸੀਂ ਘੁੰਮ ਰਹੇ ਹੋ। ਸਿਰਫ ਉਸ ਦਾ ਆਲਾ ਦੁਆਲਾ ਹੀ ਘੁੰਮਦਾ ਹੈ। ਇਸ ਤੋਂ ਇਲਾਵਾ ਇੱਥੇ ਇੱਕ ਤਸਵੀਰ ਵਿੱਚੋਂ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਬਣਦੀਆਂ ਦਿਖਾਈ ਦਿੰਦੀਆਂ ਹਨ ਇਸ ਦੇ ਬੁਲਕਿਰ ਨਾਲ ਹੀ ਵਰਚੁਅਲ ਰਿਐਲਿਟੀ ਗੈਲਰੀ ਹੈ ਇੱਥੇ ਲਾਈ ਗਈ ਪ੍ਰਦਰਸ਼ਨੀ ਵਿੱਚ ਸਕਰੀਨ ਤੇ ਵਿਖਾਈ ਦਿੰਦੀਆਂ तितਲੀਆਂ ਸਾਹਮਣੇ ਖੜੇ ਦਰਸ਼ਕ ਦੀ ਹਿਲਜੁਲ ਦੇ ਨਾਲ ਹਿਲਦੀਆਂ ਹਨ ਤੇ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਤੁਹਾਡੇ ਉੱਪਰ ਆ ਕੇ ਬੈਠ ਗਈਆਂ ਹੋਣ ਇਸੇ ਤਰ੍ਹਾਂ ਹੀ ਇੱਕ ਹੋਰ ਪ੍ਰਦਰਸ਼ਨੀ ਵਿੱਚ ਦਿਖਾਈ ਜਾਂਦੇ ਦਿਖਾਈ ਦਿੰਦੇ ਦਿਰਕਸ਼ ਬੁਲਬਲਿਆਂ ਦੇ ਤੁਸੀਂ ਆਪਣੇ ਪਰਛਾਵਿਆਂ ਦੀ ਸਹਾਇਤਾ ਨਾਲ ਛੱਲੇ ਵੀ ਬਣਾ ਸਕਦੇ ਹੋ ਜੋ ਕਿ ਇੱਕ ਚੁਣੌਤੀ ਭਰਪੂਰ ਕੰਮ ਹੈ ਪਰਛਾਵਿਆਂ ਦੇ ਆਧਾਰ ਤੇ ਪ੍ਰਦਰਸ਼ਨੀਆਂ ਵਿੱਚ ਵਰਚੁਅਲ ਸੈਨ ਪ੍ਰਦਰਸ਼ਨੀ ਇੱਕ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਹੈ ਜੋ ਤੁਹਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਜਿਵੇਂ ਤੁਸੀਂ ਰੇਗਿਸਤਾਨ ਵਿੱਚ ਹੋ ਅਤੇ ਰੇਤ ਤੁਹਾਡੇ ਉੱਪਰ ਆ ਰਹੀ ਹੋਵੇ ਇੱਥੇ ਤੁਸੀਂ ਰੇਤ ਨੂੰ ਵੱਖ-ਵੱਖ ਰੂਪ ਇੱਥੇ ਤੁਸੀਂ ਰੇਤ ਨੂੰ ਵੱਖ-ਵੱਖ ਰੂਪ ਵੀ ਦੇ ਸਕਦੇ ਹੋ ਇੱਥੇ ਚਮਤਕਾਰੀ ਫੁੱਲਾਂ ਦੀ ਪ੍ਰਦਰਸ਼ਨੀ ਵਿੱਚ ਲੱਕੜੀ ਦੇ ਫਰਸ਼ ਤੇ ਪੈਰ ਰੱਖਣ ਨਾਲ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ ਜਦੋਂ ਇਹਨਾਂ ਤੇ ਕਾਲੇ-ਕਾਲੇ ਪੈਰ ਰੱਖੋਗੇ ਤਾਂ ਇਹ ਬਦਲਾਂ ਦਾ ਰੂਪ ਧਾਰਨ ਕਰ ਜਾਣਗੇ ਤੁਸੀਂ ਇੱਥੇ ਤੁਸੀਂ ਮੇਕਅਪ ਨਾਲ ਸਿਰਫ 2 ਮਿੰਟ ਹੀ ਵਿੱਚ 2 ਮਿੰਟ ਵਿੱਚ ਹੀ ਵੁੱਡੇ ਨੂੰ ਜਵਾਨ ਅਤੇ ਜਵਾਨ ਨੂੰ ਬਜ਼ੁਰਗ ਬਣਾ ਸਕਦੇ ਹੋ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਇੱਥੇ 3 ਏਕੜ ਥਾਂ ਤੇ ਊਰਜਾ ਪਾਰਕ ਬਣਾਇਆ ਗਿਆ ਹੈ। ਸਾਇੰਸ ਸਿਟੀ ਦੇ ਇਸ ਹਿੱਸੇ ਵਿੱਚ ਸਿਰਫ ਸੂਰਜੀ ਊਰਜਾ ਹੀ ਵਰਤੀ ਜਾਂਦੀ ਹੈ। ਇੱਥੇ ਅਜਹੀਆਂ ਪ੍ਰਦਰਸ਼ਨੀਆਂ ਲਾਈਆਂ ਗਿਆ ਹਨ ਜਿੱਥੇ ਸਾਨੂੰ ਸੂਰਜੀ ਊਰਜਾ ਵਰਤਣ ਦੀ ਸਿੱਧੇ ਮਿਲਦੀ ਹੈ। ਸੂਰਜੀ ਸ਼ਕਤੀ ਕੇਂਦਰ ਵਿੱਚ ਬੈਟਰੀਆਂ ਰੱਖੀਆਂ ਗਈਆਂ ਹਨ ਜੋ ਕਿ ਸਾਨੂੰ ਸੂਰਜੀ ਊਰਜਾ ਨੂੰ ਸਟੋਰ ਕਰਕੇ ਜੋ ਕਿ ਸੂਰਜੀ ਊਰਜਾ ਨੂੰ ਸਟੋਰ ਕਰਕੇ ਰੱਖਦੀਆਂ ਹਨ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੂਰਜ ਨਾ ਚੜਨ ਤੇ ਵੀ ਅਸੀਂ ਸੂਰਜੀ ਊਰਜਾ ਦੀ ਵਰਤੋਂ ਕਰ ਸਕਦੇ ਹਾਂ ਸੰਗੀਤਕ ਕੁਰਸੀ ਤੇ ਬੈਠਦਿਆਂ ਹੀ ਇੱਥੇ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ ਤੇ ਇੱਕ ਮਿੱਠੀ ਜਿਹੀ ਸੰਗੀਤਕ ਧੁਨ ਸੁਣਾਈ ਦੇਵੇਗੀ ਇਹ ਇੱਕ ਅਦਭੁਤ ਨਜ਼ਾਰਾ ਹੈ ਇਸ ਦੇ ਹੇਠਾਂ ਖੜੇ ਹਾਥੀ ਦੀ ਸੁੰਡ ਤੇ ਪਾਣੀ ਪਾਉਣ ਨਾਲ ਹਾਥੀ ਪਾਣੀ ਸੁੱਟਦਾ ਦਿਖਾਈ ਦਿੰਦਾ ਹੈ ਪਣ ਸ਼ਕਤੀ ਕੇਂਦਰ ਸੂਰਜੀ ਪਣ ਸ਼ਕਤੀ ਕੇਂਦਰ ਊਰਜਾ ਪਾਰਕ ਦਾ ਮੁੱਖ ਆਕਰਸ਼ਣ ਹੈ ਇੱਥੇ ਰੱਖਿਆ ਗਿਆ ਰਣਜੀਤ ਸਾਗਰ ਡੈਮ ਦਾ ਮਾਡਲ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਇੱਥੇ ਵੱਖ-ਵੱਖ ਮਾਡਲਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਾਣੀ ਤੋਂ ਬਿਜਲੀ ਕਿਵੇਂ ਤਿਆਰ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪਰਮਾਣੂ ਸ਼ਕਤੀ ਕੇਂਦਰ ਵਿੱਚ ਇਹ ਦੱਸਿਆ ਗਿਆ ਹੈ ਕਿ ਪਰਮਾਣੂ ਸ਼ਕਤੀ ਸਿਰਫ ਬੰਬ ਬਣਾਉਣ ਲਈ ਹੀ ਨਹੀਂ ਸਗੋਂ ਇਹ ਬਹੁਤ ਥਾਵਾਂ ਤੇ ਸਾਡੀ ਭਲਾਈ ਲਈ ਵੀ ਵਰਤੀ ਜਾਂਦੀ ਹੈ ਸਾਇੰਸ ਸਿਟੀ ਵਿੱਚ ਬਣੀ ਝੀਲ ਦੇ ਵਿਚਕਾਰ ਇੱਕ ਟਾਪੂ ਬਣਾਇਆ ਗਿਆ ਹੈ ਜਿਸ ਤੇ ਡਾਇਨਾਸੌਰਾਂ ਦੇ ਲਗਭਗ 44 ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ ਫਾਈਬਰ ਦੇ ਬਣੇ ਇਹ ਮਾਡਲ ਲਗਭਗ ਕੁਦਰਤੀ ਲੱਗਦੇ ਹਨ ਇਸ ਪਾਰਕ ਵਿੱਚ ਪੌਦੇ ਵੀ ਉਸੇ ਸਮੇਂ ਦੇ ਹੀ ਲਾਉਣ ਦਾ ਯਤਨ ਕੀਤਾ ਗਿਆ ਹੈ ਡਾਇਨਾਸੌਰ ਦਾ ਅੰਤ ਕਿਵੇਂ ਹੋਇਆ ਇਸ ਪਿੱਛੇ ਬਹੁਤ ਸਾਰੀਆਂ ਥਿਓਰੀਆਂ ਕੰਮ ਕਰਦੀਆਂ ਹਨ ਪਰ ਪ੍ਰਚਲਿਤ ਸਿਧਾਂਤ ਦੇ ਮੁਤਾਬਕ ਇਹਨਾਂ ਦਾ ਅੰਤ ਜਵਾਲਾਮੁਖੀ ਦੇ ਫਟਣ ਕਾਰਨ ਤੇ ਵਾਤਾਵਰਣ ਠੀਕ ਨਾ ਹੋਣ ਕਾਰਨ ਦਾ ਹੁੰਦਾ ਕਾਰਨ ਮੰਨਿਆ ਜਾਂਦਾ ਹੈ ਇਸ ਕਰਕੇ ਹੀ ਸਾਇੰਸ ਸਿਟੀ ਵਿੱਚ ਜਵਾਲਾਮੁਖੀ ਦਾ ਇੱਕ ਵਿਸ਼ਾਲ ਮਾਡਲ ਬਣਾਇਆ ਗਿਆ ਹੈ ਇਸ ਦੇ ਅੰਦਰ ਹਿਲਦੇ ਜੁਲਦੇ ਡਾਇਨਾਸੌਰ ਲਾਏ ਗਏ ਹਨ ਇੰਨਾਂ ਨੂੰ ਵੇਖ ਕੇ ਤਾਂ ਇੰਜ ਲੱਗਦਾ ਹੈ ਜਿਵੇਂ ਇਹ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ ਜੰਗੀ ਹਥਿਆਰਾਂ ਨਾਲ ਸੰਬੰਧਿਤ ਗੈਲਰੀ ਵਿੱਚ ਰੱਖਿਆ ਗਿਆ ਮਿਗ 23 ਅਗਸਤ 1980 ਵਿੱਚ ਬਣਾਇਆ ਗਿਆ ਅਤੇ 1981-82 ਵਿੱਚ ਭਾਰਤੀ ਹਵਾਈ ਫੌਜ ਨੂੰ ਸੌਂਪਿਆ ਗਿਆ ਇਸ ਨੂੰ ਆਪਰੇਸ਼ਨ ਬਰਾਜਜਕ ਤੇ ਕਾਰਗਿਲ ਦੀ ਲੜਾਈ ਵਿੱਚ ਵਰਤਿਆ ਗਿਆ ਇੱਥੇ ਰੱਖਿਆ ਗਿਆ ਵਿਜਯੰਤਾ ਟੈਂਕ ਭਾਰਤ ਦਾ ਬੁਣਿਆ ਭਾਰਤ ਦਾ ਬਣਿਆ ਸੁਦੇਸ਼ੀ ਟੈਂਕ ਹੈ ਇਹ ਟੈਂਕ 1971 ਦੀ ਜੰਗ ਵਿੱਚ ਵਰਤੇ ਗਏ ਸਨ। ਜਹਾਜ਼ ਵਿੱਚ ਬੈਠਣ ਦੀ ਇੱਛਾ ਅੱਜ ਹਰ ਵਿਅਕਤੀ ਦੀ ਹੈ ਪਰ ਪੂਰੀ ਕਿਸੇ ਕਿਸੇ ਦੀ ਹੁੰਦੀ ਹੈ। ਸਾਇੰਸ ਸਿਟੀ ਵਿੱਚ ਰੱਖਿਆ ਗਿਆ ਸਵਾਤੀ ਐਲਟੀ ਜਹਾਜ਼ ਵਿੱਚ ਬੈਠਣ ਦੀ ਇੱਛਾ ਹਰ ਇੱਕ ਵਿਅਕਤੀ ਦੀ ਹੈ ਪਰ ਪੂਰੀ ਕਿਸੇ ਕਿਸੇ ਦੀ ਹੁੰਦੀ ਹੈ। ਸਾਇੰਸ ਸਿਟੀ ਵਿੱਚ ਰੱਖਿਆ ਗਿਆ ਸਵਾਤੀ ਐਲਟੀ ਜਹਾਰ ਹਵਾਈ ਜਹਾਜ਼ ਇੱਥੇ ਆਉਣ ਵਾਲਿਆਂ ਦੀ ਹਰ ਇੱਛਾ ਪੂਰੀ ਕਰਦਾ ਹੈ। ਇਹ ਜਹਾਜ਼ ਪੰਜਾਬ ਸਰਕਾਰ ਨੇ ਸਾਇੰਸ ਸਿਟੀ ਨੂੰ ਤੋਹਫੇ ਵਜੋਂ ਦਿੱਤਾ ਹੈ। ਇਸ ਦੀ ਵਰਤੋਂ ਜਹਾਜ਼ ਚਾਲਕਾਂ ਦੀ ਟ੍ਰੇਨਿੰਗ ਦੇ ਲਈ ਕੀਤੀ ਜਾਂਦੀ ਹੈ। ਸਾਇੰਸ ਸਿਟੀ ਵੱਲੋਂ ਰਾਤ ਦਾ ਆਕਾਸ਼ ਬੱਚਿਆਂ ਨੂੰ ਟੈਲੀਸਕੋਪ ਰਾਹੀਂ ਦਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਮਤਲਬ ਦੂਰਬੀਨ ਰਾਹੀਂ ਦਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚੇ ਇੱਥੇ ਸ਼ਾਮ ਨੂੰ ਚੰਨਮਾ ਤੇ ਹੋਰ ਗ੍ਰਹਿ ਨੂੰ ਬਿਲਕੁਲ ਨੇੜੇ ਤੋਂ ਦੇਖ ਸਕਦੇ ਹਨ। ਸਾਇੰਸ ਸਿਟੀ ਵਿੱਚ ਸਾਇੰਸ ਆਫ ਸਪੋਰਟਸ ਗੈਲਰੀ ਵੀ ਹੈ। ਇਹ ਗੈਲਰੀ ਖੇਡਾਂ ਪਿੱਛੇ ਕੰਮ ਕਰਦੇ ਵਿਗਿਆਨਿਕ ਸਿਧਾਂਤਾਂ ਦੇ ਰਹਸਾਂ ਨੂੰ ਖੋਲਦੀ ਹੈ। ਕ੍ਰਿਕਟ ਵਿੱਚ ਗੇਂਦ ਕਿਵੇਂ ਸਪਿਨ ਹੁੰਦੀ ਹੈ, ਬਹੁਤ ਸਾਰੀਆਂ ਖੇਡਾਂ ਜਿਵੇਂ ਹਾਕੀ, ਬਾਸਕਟਬਾਲ, ਵਾਲੀਬਾਲ ਆਦਿ ਪਿੱਛੇ ਕੰਮ ਕਰਦੇ ਵਿਗਿਆਨਿਕ ਸਿਧਾਂਤ ਨੂੰ ਇੱਥੇ ਵਿਸਤ੍ਰਿਤ ਰੂਪ ਵਿੱਚ ਸਮਝਾਇਆ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਗੈਲਰੀ ਵਿੱਚ ਦਿੱਲੀ ਦੀ ਮੈਟਰੋ, ਜਾਪਾਨ ਦੀ ਬੁਲੇਟ ਰੇਲ, ਕਲਕਾ ਦੀ Shimla ਰੇਲ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ ਹਨ। ਰਤੀ ਉੱਪਰ ਜੀਵਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਲਾਈਫ ਥਰੂ ਦੀ ਐਸਿਸ ਦਾ ਪੈਨੋਰਾਮਾ ਵੀ ਇੱਥੇ ਹੀ ਮੌਜੂਦ ਹੈ ਇਹ ਪੈਨੋਰਾਮਾ ਸਾਨੂੰ ਦੱਸਦਾ ਹੈ ਕਿ ਅੱਜ ਦਾ ਮਨੁੱਖ ਕਿਹੜੇ ਕਿਹੜੇ ਪੜਾਵਾਂ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚਿਆ ਹੈ ਇੱਥੇ ਇੱਕ ਆਬਜੈਕਟ ਥੀਏਟਰ ਵਿੱਚ ਜਲਵਾਯੂ ਪਰਵਰਤਨ ਨਾਲ ਸੰਬੰਧਿਤ ਸ਼ੋਅ ਵੀ ਦਿਖਾਏ ਜਾਂਦੇ ਹਨ ਇਸ ਪ੍ਰਕਾਰ ਵਿਗਿਆਨ ਅਤਿਮ ਮਨੋਰੰਜਨ ਦਾ ਇਹ ਅਨੋਖਾ ਸੰਗਮ ਅੱਜ ਸਾਰੇ ਵਿਦਿਆਰਥੀ ਜਗਤ ਲਈ ਇੱਕ ਚਾਨਣ ਮਨਾਰੇ ਦਾ ਕੰਮ ਕਰ ਰਿਹਾ ਹੈ।